are watching Channel Y. Channel Y, a South Asian Canadian channel. ਵਿਦੇਸ਼ਾਂ ਦੀ ਧਰਤੀ ਤੇ ਜਾਣ ਲਈ ਪੰਜਾਬੀ ਨੌਜਵਾਨ ਹਮੇਸ਼ਾ ਹੀ ਕਾਲੇ ਰਹਿੰਦੇ ਨੇ ਪਰ ਜਦੋਂ ਟਰੈਵਲ ਏਜੰਟਾਂ ਜਾਂ ਫਿਰ ਵਿਦੇਸ਼ਾਂ 'ਚ ਕੋਈ ਹੋਰ ਕਾਰਨਾ ਕਰਕੇ ਉਹ ਉੱਥੇ ਹੀ ਫਸ ਜਾਂਦੇ ਨੇ ਤਾਂ ਵਤਨ ਵਾਪਸੀ ਦੀ ਗੁਹਾਰ ਲਗਾਉਂਦੇ ਵੀ ਨਜ਼ਰ ਆਉਂਦੇ ਨੇ ਦੁਨੀਆ ਭਰ 'ਚ ਕੋਰੋਨਾ ਕਹਿਰ ਕਰਕੇ ਲੌਕਡਾਊਨ ਦੇ ਚੱਲਦੇ ਵੀ ਵਿਦੇਸ਼ਾਂ 'ਚ ਕਈ ਪੰਜਾਬੀ ਤੇ ਭਾਰਤੀ ਫਸੇ ਹੋਏ ਨੇ ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਵਾਪਸ ਤਾਂ ਲਿਆਂਦਾ ਜਾ ਰਿਹਾ ਹੈ ਪਰ ਹਜੇ ਵੀ ਵਤਨ ਵਾਪਸੀ ਦੇ ਇੰਤਜ਼ਾਰ ਵਿੱਚ ਨੇ ਅਜਿਹੇ 'ਚ ਤਾਜ਼ਾ ਮਾਮਲਾ ਸਾਹਮਣੇ ਆਇਆ ਹੁਸ਼ਿਆਰਪੁਰ ਤੋਂ ਜਿੱਥੇ ਪਿਛਲੇ ਦਿਨੀ ਬਲਾਕ ਭੁੰਗਾ ਦੇ ਰਹਿਣ ਵਾਲੇ ਮਨੋਜ ਸਿੰਘ ਨੇ ਦੁਬਈ ਤੋਂ ਇੱਕ ਵੀਡੀਓ ਵਾਇਰਲ ਕੀਤਾ ਸੀ ਜਿਸ ਵਿੱਚ ਉਸਨੇ ਆਪ ਬੀਤੀ ਸੁਣਾਉਂਦੇ ਹੋਏ ਕਿਹਾ ਕਿ ਦੁਬਈ ਦੀ ਜਿਸ ਕੰਪਨੀ ਵਿੱਚ ਉਹ ਕੰਮ ਕਰ ਰਿਹਾ ਉੱਥੇ 100 ਤੋਂ ਵੱਧ ਨੌਜਵਾਨ ਫਸੇ ਹੋਏ ਨੇ ਤੇ ਲੌਕਡਾਊਨ ਦੇ ਚੱਲਦੇ ਕੰਪਨੀ ਵਿੱਚ ਕੋਈ ਕੰਮ ਨਹੀਂ ਹੈ ਜਿਸ ਦੇ ਚੱਲਦੇ ਉਹ ਬੇਰੋਜ਼ਗਾਰ ਨੇ ਤੇ ਆਪਣਾ ਖਰਚ ਵੀ ਘਰੋਂ ਮੰਗਵਾ ਰਹੇ ਨੇ ਮਨੋਜ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਭਾਰਤ ਵਾਪਸ ਲਿਆਇਆ ਜਾਵੇ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਜਿਹੜੇ ਆ 100 ਤੋਂ 250 ਦੇ ਕਰੀਬ ਬੰਦੇ ਦੁਬਈ ਵਿੱਚ ਫਸੇ ਹੋਏ ਆ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਤੋਂ ਸਾਡੇ ਕੋਲ ਪੈਸੇ ਹੈ ਨਹੀਂ ਗੇ ਕਿਸੇ ਕੋਲ ਰੋਟੀ ਖਾਣ ਲਈ ਹੁਣ ਪੈਸੇ ਹੈ ਨਹੀਂ ਆ ਅਤੇ ਅਸੀਂ ਰਜਿਸਟਰੇਸ਼ਨ ਵੀ ਕੀਤਾ ਸੀਗਾ ਵੈਸੀ ਵਿੱਚ ਪਰ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਲ ਨਹੀਂ ਆਈ ਅਤੇ ਦੋ ਦੋ ਤਿੰਨ ਤਿੰਨ ਵਾਰੀ ਸਾਡੀਆਂ ਜਿਹੜੀਆਂ ਟਿਕਟਾਂ ਕੈਂਸਲ ਹੋ ਚੁੱਕੀਆਂ ਆ ਅਤੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਇੱਥੋਂ ਦੁਬਈ ਵਿੱਚੋਂ ਇੰਡੀਆ ਵਾਪਸ ਬੁਲਾਇਆ ਜਾਵੇ ਚਾਹੇ ਵੈਸੀ ਥਰੂ ਚਾਹੇ ਕਿਸੇ ਸਪੈਸ਼ਲ ਵਿਮਾਨ ਦੇ ਰਾਹੀਂ ਕਿਉਂਕਿ ਸਾਡੇ ਜਿਹੜੇ ਬੰਦੇ ਆ ਤਿੰਨ ਤਿੰਨ ਚਾਰ ਚਾਰ ਮਹੀਨੇ ਤੋਂ ਕਿਸੇ ਕੋਲ ਨਾ ਕੰਮ ਕੀਤਾ ਹੈਗਾ ਅਤੇ ਨਾ ਹੁਣ ਪੈਸੇ ਬਚੇ ਅਤੇ ਅਸੀਂ ਇੱਥੇ ਬਹੁਤ ਪਰੇਸ਼ਾਨ ਹਾਂ ਅਤੇ ਮੈਂ ਸਾਰੇ ਦੇਖਣ ਵਾਲਿਆਂ ਨੂੰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨ ਦੀ ਅਪੀਲ ਕਰਦਾ ਹਾਂ ਕਿ ਇਸ ਵੀਡੀਓ ਨੂੰ ਕੈਪਟਨ ਸਾਹਿਬ ਤੱਕ ਪਹੁੰਚਾ ਦਿਓ ਅਤੇ ਤਾਂ ਜੋ ਸਾਡਾ ਹੱਲ ਹੋ ਸਕੇ ਅਤੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਸਾਡੀ ਟੀਮ ਨੇ ਮਨੋਜ ਦੇ ਬਜ਼ੁਰਗ ਮਾਤਾ ਪਿਤਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪਰਿਵਾਰ ਦੀ ਗਰੀਬੀ ਖਤਮ ਕਰਨ ਲਈ ਮਨੋਜ 7 ਮਹੀਨੇ ਪਹਿਲਾਂ ਦੁਬਈ ਗਿਆ ਸੀ ਉਹ BA ਪਾਸ ਹੈ ਅਤੇ ਪਿਤਾ ਮਜ਼ਦੂਰੀ ਕਰਦੇ ਨੇ ਬੇਟੇ ਨੂੰ ਕੰਮ ਨਾ ਮਿਲਣ ਦੇ ਚੱਲਦੇ ਉਹ ਰਿਸ਼ਤੇਦਾਰਾਂ ਤੋਂ ਪੈਸੇ ਫੜ ਕੇ ਉਹਨਾਂ ਨੂੰ ਦੁਬਈ ਵਿੱਚ ਖਰਚਾ ਭੇਜ ਰਹੇ ਨੇ ਜਿਸ ਦੇ ਚੱਲਦੇ ਉਹਨਾਂ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਹੈ ਉਹਨਾਂ ਨੇ ਸਰਕਾਰ ਤੋਂ ਆਪਣੇ ਬੱਚੇ ਨੂੰ ਵਾਪਸ ਭਾਰਤ ਲਿਆਉਣ ਦੀ ਮੰਗ ਕੀਤੀ ਹੈ ਬੇਟੇ ਨੂੰ ਕਿੰਨੇ ਮਹੀਨੇ ਪਹਿਲਾਂ ਦੁਬਈ ਭੇਜਿਆ ਸੀ ਆ 7 ਮਹੀਨੇ ਹੋ ਗਏ ਆ ਬੀਤੇ ਦਿਨੀ ਬੇਟੇ ਮਨੋਜ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਉਹ ਕਹਿ ਰਿਹਾ ਮੈਂ ਬਹੁਤ ਤੰਗ ਪਰੇਸ਼ਾਨ ਹਾਂ ਹਾਂਜੀ ਗੁਹਾਰ ਲਾ ਰਿਹਾ ਵੀ ਮੈਨੂੰ ਵਾਪਸ ਬੁਲਾਇਆ ਜਾਵੇ ਉਹ ਵੀਡੀਓ ਦੇਖ ਕੇ ਕਿੱਦਾਂ ਕੀ ਕਹਿਣਾ ਚਾਹੂੰਗਾ ਇਹ ਕਿਹਾ ਬਸ ਸਾਡਾ ਬੇਟਾ ਘਰ ਠੀਕ ਠਾਕ ਸਾਡੇ ਕੋਲ ਪਰਿਵਾਰ 'ਚ ਆ ਜਾਵੇ ਬਸ ਹਾਂ ਮੈਂ ਤਾਂ ਉਹਦੀ ਬਿਮਾਰ ਪਈ ਹਾਂ ਮੈਨੂੰ ਹਫ਼ਤਾ ਹੋ ਗਿਆ ਮੈਂ ਦਵਾਈ ਖਾਣੀ ਸਾਰੀ ਰਾਤ ਮੈਂ ਸੌਂ ਕੇ ਨਹੀਂ ਆਉਂਦੀ ਮੇਰਾ ਇੱਕ ਉੱਤਾਂ ਦਾ ਇੱਕ ਬਾਹਰ ਫਸੇ ਆ ਪਿਆ ਪਤੀ ਕੀ ਕਰਦੇ ਨੇ ਤੁਹਾਡੇ ਮਜ਼ਦੂਰੀ ਕਰਦੇ ਕਿਹਨਾਂ ਹਾਲਾਤਾਂ 'ਚ ਮਨੋਜ ਨੂੰ ਕਿਹਨਾਂ ਸਪਨਿਆਂ 'ਚ ਬਾਹਰ ਭੇਜਿਆ ਬਹੁਤ ਅਸੀਂ ਇਹ ਗਿਆ ਸੀ ਚਲੋ ਆਪਣੇ ਡੈਡੀ ਨਾਲ ਭਾਰ ਹਲਕਾ ਕਰਾਉਣਗੇ ਹੁਣ ਗਾਂਗਾ ਉਮਰ ਹੋ ਗਈ ਮਜ਼ਦੂਰੀ ਨਹੀਂ ਹੁੰਦੀ ਹੈਗੀ ਵੀ ਚਲੋ ਥੋੜ੍ਹਾ ਬਹੁਤਾ ਸਾਨੂੰ ਆਸਰਾ ਹੋਊਗਾ ਇਹਨਾਂ ਦਾ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਉਹ ਗੁਹਾਰ ਲਾ ਰਿਹਾ ਕੀ ਮੰਗ ਕਰੂੰਗੇ ਬਸ ਮੇਰਾ ਬੇਟਾ ਘਰ ਆ ਜਾਵੇ ਮੇਰੇ ਸਾਹਮਣੇ ਅੱਖਾਂ ਦੇ ਸਾਹਮਣੇ ਆ ਜਾਵੇ ਸੋਚਿਆ ਸੀਗਾ ਨੌਕਰੀ ਤਾਂ ਨਹੀਂ ਮਿਲਣੀ ਚਲੋ ਇਹਨੂੰ ਬਾਹਰ ਭੇਜ ਦਿੰਦੇ ਹਾਂ ਪਰ ਬਾਹਰ ਦੀ ਬਜਾਏ ਉਲਟ ਕੰਮ ਹੋ ਗਿਆ ਅੱਜ ਬੱਚਾ ਉੱਥੋਂ ਰੋ ਕੇ ਵੀਡੀਓ ਪਾ ਰਿਹਾ ਹੈ ਹਾਂਜੀ ਅੱਜ ਬੱਚਾ ਰੋ ਰਿਹਾ ਅਤੇ ਬਹੁਤ ਦੁੱਖ ਆ ਸਰਕਾਰ ਨੂੰ ਇਹ ਚਾਹੀਦਾ ਜਾਂ ਬੱਚਿਆਂ ਨੂੰ ਅਤੇ ਇੰਡੀਆ ਪਹੁੰਚਾ ਦੇਣਾ ਕਰੋਨਾ ਦਾ ਇੱਕ ਬੜਾ ਮਾੜਾ ਦੌਰ ਚੱਲਿਆ ਆ ਤੁਸੀਂ ਦਿਹਾੜੀ ਦੇ ਸਿਰ 'ਤੇ ਰੋਟੀ ਖਾਂਦੇ ਆ ਤਾਂ ਕੀ ਦਿਹਾੜੀ ਦੇ ਕਰੋਨਾ ਇਸ ਦੌਰ ਦੇ ਵਿੱਚ ਪੂਰੀ ਘਰ ਦੀ ਰੋਟੀ ਪੂਰੀ ਹੋ ਹੁੰਦੀ ਦਿਹਾੜੀ ਕਿਤੇ ਲੱਗਦੀ ਆ ਕਿਤੇ ਦਿਹਾੜੀ ਨਹੀਂ ਲੱਗਦੀ ਕੀ ਮੰਗ ਕਰਦੇ ਹੋ ਹੁਣ ਸਰਕਾਰ ਤੋਂ ਸਰਕਾਰ ਕੋਲੋਂ ਮੰਗ ਕੇ ਕਰ ਜਿੰਨੇ ਪੈਸੇ ਲੱਗੇ ਵਾ ਪੈਸੇ ਮਿਲ ਜਾਣ 70-80 ਹਜ਼ਾਰ ਰੁਪਇਆ ਏਜੰਟ ਨੂੰ ਦਿੱਤਾ ਸੀ ਯੂ ਆਰ ਵਾਚਿੰਗ ਚੈਨਲ Y, ਚੈਨਲ Y, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ